ਬਿਕਰਮ ਸਿੰਘ ਮਜੀਠੀਆ ਤੇ ਦਰਜ ਮਾਮਲੇ 'ਚ ਸਿਆਸਤ ਲਗਾਤਾਰ ਤੂਲ ਫੜਦੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਲਗਾਤਾਰ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਇਲਜ਼ਾਮ ਲਗਾਏ ਜਾ ਰਹੇ ਸਨ ਜਿਨ੍ਹਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਤੋੜਮਾ ਜਵਾਬ ਦਿੰਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਅਤੇ ਉਹਨਾਂ ਕਾਲੇ ਕੰਮਾਂ ਦਾ ਨਤੀਜਾ ਉਹਨਾਂ ਨੂੰ ਨਹੀਂ ਬਲਕਿ ਪੂਰੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਚੋਣ ਲੜਨ ਦੇ ਐਲਾਨ ਨੂੰ ਲੈ ਕੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਦੇਖੋ ਜਿਹੜਾ ਬੰਦਾ ਨਸ਼ੇ ਦੇ ਵਿੱਚ ਆਪ ਫਸਿਆ ਫਿਰਦਾ ਔਰ ਕੱਲ ਦੀ ਜਿਹੜੀ ਜਜਮੈਂਟ ਆ ਉਹਦੇ ਵਿੱਚ ਜੋ ਜੱਜ ਸਾਹਿਬ ਨੇ ਆਬਜ਼ਰਵੇਸ਼ਨ ਦਿੱਤੀਆਂ ਨੇ ਔਰ ਉਹਨਾਂ ਨੇ ਜੋ ਕਿਹਾ ਤੇ ਇਹ ਬੰਦੇ ਨੇ ਨਾਲ ਨਹੀਂ ਕਰ ਰਿਹਾ ਕੋਆਪਰੇਟ ਨਹੀਂ ਕਰ ਰਿਹਾ ਜਾਂ ਗਲਤ ਕਰ ਰਿਹਾ ਤੇ ਜਦੋਂ ਹਾਈ ਕੋਰਟ ਦੀ ਗੱਲ ਆ ਜੇ ਉਹਦੇ ਬਾਅਦ ਤੇ ਸੁਖਜਿੰਦਰ ਸਿੰਘ ਰੰਦਾਵੇ ਦਾ ਕੋਈ ਲੈਣ ਦੇਣ ਨਹੀਂ ਹੈਗਾ ਐਫ ਆਈ ਆਰ ਰਜਿਸਟਰ ਹੋਈ ਜਿਹੜੀ ਬੜਾ ਕਲੀਅਰ ਕੱਟ ਉਹਦੇ ਵਿੱਚ ਆਰਡਰ ਦਿੱਤੇ ਨੇ ਤੁਹਾਨੂੰ ਮੈਂ ਬਾਅਦ ਤੋਂ ਦਿਆਂਗੇ ਜੇਕਰ ਤੁਸੀਂ ਆਪਣੇ ਇਹਦੇ ਤੇ ਵੀਡੀਓ ਤੇ ਚਲਾ ਵੀ ਸਕਦੇ ਹੋ ਕਿ ਉਹਨਾਂ ਨੇ ਇਹ ਕਿਹਾ ਕਿ ਜੋ ਏਜੀ ਨੇ ਲਿਖਿਆ ਜੋ ਪੁਲਿਸ ਨੇ ਕੀਤਾ ਉਹ ਬਿਲਕੁਲ ਠੀਕ ਹੈ ਔਰ ਉਹਨੂੰ ਠੀਕ ਮੰਨਿਆ ਗਿਆ ਜੀ ਆਪਾਂ ਇਹ ਕਹੀਏ ਕਿ ਆਈਐਸਆਈ ਦੀ ਗੱਲ ਕੀਤੀ ਐ ਨੇ ਜਾਂ ਕੋਈ ਹੋਰ ਗੱਲ ਕੀਤੀ ਕਿ ਜੇ ਚ ਆਈਐਸਆਈ ਦਾ ਵੀ ਮਰਖਲ ਕੋਈ ਨਾ ਲਿਆ ਤੇ ਤੁਹਾਨੂੰ ਸਾਰੀ ਦੁਨੀਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਨਸ਼ਾ ਹੈਰਨ ਜਿਹੜੀ ਉਹ ਆਈਐਸਆਈ ਪਾਕਿਸਤਾਨ ਜਿਹੜਾ ਉਹ ਸਪਲਾਈ ਕਰਦਾ ਤੇ ਫੇਰ ਤੇ ਕਿਹਨੇ ਆਪ ਹੀ ਕਲੀਅਰ ਕਰ ਦਿੱਤਾ ਕਿ ਆਈਐਸਆਈ ਦਾ ਏਜੰਟ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਨਾਲੇ ਮੈਨੂੰ ਜਿਹੜੇ ਜਨਰਲ ਧਾਇਰ ਨੂੰ ਜਿਨ੍ਹਾਂ ਨੇ ਆਪਣੇ ਘਰ ਬੁਲਾ ਕੇ ਹਿੰਦਸਤਾਨ ਦਾ ਗਣਤੰਤਰ ਦਿਵਸ ਵੀ ਆ ਉਹਨੇ ਵਧਾਈ ਦਿੱਤੀ ਤੇ ਮੈਨੂੰ ਬੜਾ ਹੈਰਾਨਗੀ ਹੋਈ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਨੂੰ ਗੋਲੀਆਂ ਨਾਲ ਮਾਰਿਆ ਹੋਏ ਤੇ ਉਸ ਧਾਇਰ ਨੂੰ ਆਪਣੇ ਘਰ ਜਿਨ੍ਹਾਂ ਨੇ ਬੁਲਾ ਕੇ ਉਹਦਾ ਸਨਮਾਨ ਕੀਤਾ ਉਹ ਸਨਮਾਨਿਤ ਕੀਤਾ ਹੋਏ ਤੇ ਅੱਜ ਉਸ ਪਰਿਵਾਰ ਦਾ ਬੰਦਾ ਕਹਿੰਦਾ ਜੀ ਗਣਤੰਤਰ ਦਿਵਸ ਦੀ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਪੋਲ ਦੇ ਕੋਲੋਂ ਮੈਨੂੰ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਉਹਨੂੰ ਇੱਕ ਫੋਬੀਆ ਸਿਰਸੁਖਜੰਦਰ ਸਿੰਘ ਰੰਦਾਵੇ ਦਾ ਕਿ ਰੰਦਾਵਾ ਜੇ ਰੰਦਾਵਾ ਉਹ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਪੋਲਟਿਕਸ ਤੋਂ ਪਹਿਲਾਂ ਮੈਂ ਇਹ ਵਰਗੀ ਗੰਦੀ ਗੰਦੀ ਤੇ ਘੱਟੀਆਂ ਪੋਲਟਿਕਸ ਨਹੀਂ ਕਰਨੀ ਚਾਹੁੰਦਾ ਤੁਸੀਂ ਆਪ ਜਿਹੜੇ ਚੈਨਲ ਵਾਲੇ ਹੋ ਤੁਹਾਨੂੰ ਮੇਰੀ ਰਿਕੁਐਸਟ ਹੈ ਕਿ ਥੋੜੀ ਜੀ ਮਿਹਨਤ ਕਰੋ ਜਿਸ ਵੇਲੇ ਪੋਲਟਿਕਸ ਉਹਦੇ ਵਿੱਚ ਆਇਆ ਇਹ ਦੀ ਇਹਦਾ ਦੇਖੋ ਇਹ ਰ ਬੈਂਕਰਪਟ ਹੋ ਗਿਆ ਸੀ ਇਹ ਕਰਜ਼ਾਈ ਸੀਗੇ ਇਹਨਾਂ ਆਪਣੀਆਂ ਫੈਕਟਰੀਆਂ ਵੇਚ ਦਿੱਤੀਆਂ ਤੇ ਜਿਸ ਵੇਲੇ ਪੋਲਿਟਿਕਸ ਦੇ ਵਿੱਚ ਆ ਇਹ ਪ੍ਰੋਪਰਟੀ ਕਿੱਥੋਂ ਆਈ ਇਹ ਲੋਕ ਇਹਦੇ ਕੋਲੋਂ ਸਾਬ ਮੰਗਦੇ ਨੇ ਦੂਸਰੀ ਜਿਹੜੀ ਚੀਜ਼ ਆ ਇਹਨੇ ਜਿਹੜੀ ਗੱਲ ਕੀਤੀ ਆ ਦੇਸ਼ ਭਗਤੀ ਦੀ ਕਿਹੜੀ ਦੇਸ਼ ਭਗਤੀ ਦਾ ਸਾਰਿਆਂ ਨੂੰ ਪਤਾ ਔਰ ਤੀਸਰਾ ਨੇ ਕਿਹਾ ਕਿ ਮੇਰੀ ਇਹ ਨਾਮਿਨੇਸ਼ਨ ਰੋਕਣੀ ਚਾਹੁੰਦੇ ਨੇ ਤੇ ਜੇ ਉਹਦੇ ਸੁਖਪਾਲ ਖਹਿਰਾ ਅੰਦਰ ਰਹਿ ਕੇ ਆਪਣਾ ਨੋਮੀਨੇਸ਼ਨ ਪੇਪਰ ਫਾਈਲ ਕਰ ਸਕਦਾ ਤੇ ਕੀ ਗੱਲ ਇਹਦਾ ਨੋਮੀਨੇਸ਼ਨਲ ਪੇਪਰ ਉਥੋਂ ਤੱਕ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਗਿਲਾ ਹੋ ਜਾਏਗਾ ਇਹਦਾ ਜੇ ਉਹਦਾ ਹੋ ਸਕਦਾ ਜਿਹੜੇ ਜੇਲ੍ਹ ਚ ਬੈਠੇ ਗੁੰਡੇ ਆਪਣੇ ਉਥੋਂ ਅੰਦਰੋਂ ਯੂਪੀ ਦੇ ਵਿੱਚ ਆਪਣੇ ਪੇਪਰ ਫਾਈਲ ਕਰਦੇ ਨੇ ਤੇ ਗੁੰਡੇ ਜੇਲ੍ਹ ਚ ਬੈਠੇ ਜਿੱਤ ਜਾਂਦੇ ਨੇ ਤੇ ਕੀ ਗੱਲ ਇਹ ਜੇਲ੍ਹ ਚੋਂ ਆਪਣਾ ਨਸਾ ਤਸ਼ਕਰ ਜੀ ਦੀ ਹਾਈ ਕੋਰਟ ਨੇ ਜਮਾਨਤ ਕੈਂਸਲ ਕੀਤੀ ਆ ਅਲਿਗੇਸ਼ਨ ਮੇਰੇ ਤੇ ਲਾ ਰਿਹਾ ਹੈ ਅਲਿਗੇਸ਼ਨ ਚੰਨੀ ਸਾਹਿਬ ਤੇ ਲਾ ਰਿਹਾ ਹੈ ਅਲਿਗੇਸ਼ਨ ਕਾਂਗਰਸ ਦੇ ਲੀਡਰਾਂ ਤੇ ਲਾ ਰਿਹਾ ਤੇ ਇਹਦੇ ਚ ਇਹਨੂੰ ਆਪਣੀ ਪੀੜੀ ਥੱਲੇ ਸੁੱਟਾ ਫੇਰਨਾ ਚਾਹੀਦਾ ਔਰ ਇਹਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਅੱਜ ਇਹਦੀ ਗੰਦੀ ਜ਼ੁਬਾਨ ਕਰਕੇ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਪਹੁੰਚ ਗਿਆ ਅਕਾਲੀ ਦਲ ਆਪਣੀ ਖੂਨ ਬਚਾਉਂਦਾ ਫਿਰਦਾ ਅਕਾਲੀ ਦਲ ਆਪਣੇ ਜ਼ਮੀਨ ਲੱਭਣ ਲੱਭ ਰਿਹਾ ਇਸ ਕਰਕੇ ਮੈਂ ਨੂੰ ਕਹਿੰਦਾ ਕਿ ਵੱਡੇ ਬਾਗਲ ਸਾਹਿਬ ਨੂੰ ਮੈਂ ਕਹਿੰਦਾ ਕਿ ਬਾਗਲ ਸਾਹਿਬ ਜਬਾਨ ਨੂੰ ਲਗਾਮ ਦਿਓ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਅੱਜ ਹਰ ਸਮੇਂ ਬਦਲ ਲੋਈ ਬਿਆਨ ਆਇਆ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲੇ ਲੰਬੀ ਤੋਂ ਚੋਰ ਲਟਣ ਜਾ ਰਹੇ ਹੈ ਮੇਰੇ ਵੱਲੋਂ ਭਾਵੇਂ ਨਾਰੋਵਾਲ ਤੋਂ ਲੜਨਾ ਮੈਨੂੰ ਕਿ ਕਿੱਥੋਂ ਮਰਦੀ ਲੜਨੀ ਕੋਈ ਦਿਨ ਪਹਿਲਾਂ ਹੀ ਕੋਰੋਨਾ ਪੋਸਟ ਤੋਂ ਠੀਕ ਹੋ ਕੇ ਆਇਆ ਜੀ ਮੇਰੇ ਗੁਰੂ ਮਹਾਰਾਜ ਉਹਨਾਂ ਦੀ ਲੰਬੀ ਉਮਰ ਕਰੇ ਸਾਡੇ ਬਜ਼ੁਰਗ ਨੇ ਹਰ ਬਜ਼ੁਰਗ ਦੀ ਘਰ ਦੇ ਵਿੱਚ ਛਤਰ ਛਾਇਆ ਜਿਹੜੀ ਹੁੰਦੀ ਹੈ ਬਜ਼ੁਰਗ ਦੀ ਛਾਂ ਉਹ ਕਦੀ ਇਦਾਂ ਦੇ ਬਜ਼ੁਰਗ ਦੀ ਸ਼ਾਂਤੋ ਚੰਗੀ ਸ਼ਾਂ ਕੋਈ ਨਹੀਂ ਹੁੰਦੀ ਇਸ ਕਰਕੇ ਜੀਦਾ ਵੀ ਬਾਪ ਚਾਹੇ ਮੇਰਾ ਜਾਂ ਸੁਖਵੀਰ ਦਾ ਬਾਪ ਬਾਪ ਹੁੰਦਾ ਉਹਦਾ ਸਾਇਆ ਸਿਰ ਤੇ ਜਰੂਰ ਚਾਹੀਦਾ